ਅੰਦਰ ਜਾ ਕੇ ਗਲੀਆਂ ਨਹੀਂ ਕਿਹਨੇ ਦੇਖਣੀਆਂ। ਪਹਿਲਾਂ ਅਸੀਂ ਮੇਨ ਜੇ ਸਾਡੀ ਸਰਾਂ ਹੀ ਟੁੱਟੀ ਹੋਈ ਔਰ ਉਹਦੇ ਨਾਲ ਹੀ ਪੰਚਾਇਤ ਘਰ ਬਣਾਇਆ, ਉਹਦੇ ਨਾਲ ਹੀ ਫਿਰ ਸਰਾਂ ਬਣਾਈ। ਮੈਨੂੰ ਤਾਂ 8-9 ਲੱਖ ਰੁਪਈਆ ਉਹ ਲਾਇਆ। ਅੱਜ ਜਿਹੜੇ ਪਿੰਡ ਚ ਵੜਦਾ ਆਦਮੀ ਨੂੰ ਲੱਗਦਾ ਕਿ ਸਰਾਂ ਬਣੀ, ਨਹੀਂ ਕਹਿੰਦੇ ਸਰਾਂ ਦੇ ਕਲਿੱਪੜ ਉੱਪਰ ਦੇ। ਮੈਂ ਬੋਲਿਆ ਮੈਂ ਕੋਲ ਢਾਹ ਹੋਵੇ ਬਰਾਤੀ ਮਰ ਜਾਣਾ ਕੋਈ, ਫਿਰ ਕਰਦੇ ਕਿਆ। ਔਰ ਬੇਇੱਜ਼ਤੀ ਹੁੰਦੀ, ਲੋਕ ਵੀ ਕਹੂਗੇ ਜਾ ਕੇ ਬਹੁਆ ਰਵੇ ਸਾਡੀਆਂ ਭੈਣਾਂ ਨੂੰ ਵੀ ਅਗਲੇ ਚਾਹੇ ਮਜ਼ਾਕ ਕੀ ਬੋਲਿਆ ਕੀ ਨਾ। ਅਗਲੀ ਦਾ ਤਾਂ ਕੋਈ ਕਸੂਰ ਨਹੀਂ, ਕਮ ਸੇ ਕਮ ਸਰਾਂ ਤਾਂ ਸਾਡੀ ਠੀਕ ਹੋਣੀ ਚਾਹੀਏ ਜਿੱਤਾਂ ਦੀ ਰਹਿੰਦੇ, ਪੰਚਾਇਤ ਘਰ ਦਾ ਠੀਕ ਹੋਣਾ ਚਾਹੀਏ। ਇਸ ਕਰਕੇ ਮੇਰਾ ਇਹ ਨਿਵੇਦਨ ਹੈ ਕਿ ਜਿੰਨਾ ਪੈਸਾ ਆਇਆ ਉਹਨੂੰ ਠੀਕ ਜਗ੍ਹਾ ਅਸੀਂ ਲਗਾਵਾਂਗੇ। ਜਿਹਦਾ ਜਿੰਨਾ ਸੰਭਵ ਹੋਏਗਾ ਅਸੀਂ ਪੈਸਾ ਦਿੰਦੇ ਰਹਾਂਗੇ। ਜੇ ਜਿੰਨਾ ਵਾ 20 ਲੱਖ ਰਾਜ ਦਾ 2-3 ਮਹੀਨੇ ਬਾਅਦ ਆਉਣਾ, ਉਹ ਤਾਂ ਸਾਰੀ ਲਿਸਟ ਅਸੀਂ ਦੇਣੀ ਹੈ। ਔਰ ਹੁਣ ਜੇ ਤੁਸੀਂ 5-5 ਲੱਖ ਦੇ 10-10 ਲੱਖ ਦੇ ਸਾਰੇ ਦੇਵੋਗੇ ਤਾਂ ਮੈਂ ਤਾਂ ਦੇ ਨਹੀਂ ਪਾਣਾ, ਫਿਰ ਤੁਹਾਨੂੰ ਵੀ ਅੱਛਾ ਨਹੀਂ ਲੱਗਣਾ, ਮੈਨੂੰ ਵੀ ਅੱਛਾ ਨਹੀਂ ਲੱਗਣਾ। ਹੁਣ ਅਸੀਂ ਉਨਾ ਕਰੀ ਚਾਦਰ ਫਲਾਰੀਏ ਜਿੰਨਾ ਪੈਰ ਫਲਾਰੀਏ ਜਿੰਨੀ ਸਾਡੀ ਚਾਦਰ ਹੈ। ਔਰ ਦੂਸਰਾ ਜਿਹੜਾ ਜੱਗਾ ਨੇ ਕਿਹਾ ਮੋਦੀ ਫੰਡ,